कोई बंदा ये नहीं कह सकता कि उन्हां दी सरकार दे विच किसी गल दी उन्हां नूं कोई कमी पेश आई होनी है। उन्हां दीआं जरूरतां तों वी वध हर पिंड नूं उन्हां ने घर जा जा के सेवा करन दी शकल च कम कीता। और मैं बेशक सियासतदान तां नहीं पर एक इंसान दे तौर ते आपां एक बंदे नूं जिस तरह जज करदे हां जे उहदी गल करिए तां बहुत ही नेक और बहुत कुछ सीख सकता बंदा जे उन्हां दी शख्सियत तो आपां सीखीए। मैं समझदा कि जिहड़ी उन्हां च वड्डी खूबी सी ਉਹ ਇਹ ਸੀ ਉਹਨਾਂ ਦੀ ਅੱਛੀ ਜ਼ਬਾਨ, ਬਹੁਤ ਅੱਛਾ ਬੋਲਦੇ ਸੀ, ਬੜਾ ਸੌਫਟ ਬੋਲਦੇ ਸੀ। ਔਰ ਜਿਸ ਤਰ੍ਹਾਂ ਅੱਜ ਕੱਲ੍ਹ ਸਿਆਸਤ 'ਚ ਕਈ ਦਫ਼ਾ ਮਰਿਆਦਾ ਦੇ ਵਿੱਚ ਕਈ ਦਫ਼ਾ ਆਪਾਂ ਮਹਿਸੂਸ ਕਰਦੇ ਹਾਂ ਕਿ ਕਈ ਵਾਰੀ ਨਹੀਂ ਕੋਈ ਬੋਲਦੇ ਹੋਣੇ, ਤਾਂ ਇਹ ਚੀਜ਼ ਉਹਨਾਂ 'ਚ ਕਦੇ ਵੀ ਨਹੀਂ ਵੇਖਣ ਨੂੰ ਮਿਲੀ। ਹਰ ਕੋਈ ਪਿਆਰ ਕਰਦਾ, ਤੁਹਾਡਾ ਵੀ ਸੁਭਾਅ ਇਹ ਜਿਹਾ, ਜਾਂ ਤੁਸੀਂ ਜਿੱਦਾਂ ਵਿਚਰਦੇ ਹੋ ਸਾਨੂੰ ਬਹੁਤ ਪਿਆਰ ਕਰਦੇ ਆ, ਤਾਂ ਸਰਦਾਰ ਬਾਦਲ ਹੋਰਾਂ ਨੇ ਕਦੇ ਤੁਹਾਨੂੰ ਤੁਹਾਡੀ ਫਿਲਮ ਬਾਰੇ ਤੁਹਾਨੂੰ ਕਿਹਾ ਕਾਕਾ ਐਕਟਿੰਗ ਸੋਹਣੀ ਕਰਦਾ ਕਾਕਾ ਕਰਦਾ? ਬਹੁਤ ਹੌਸਲਾ ਵਧਾਉਂਦੇ ਰਹਿੰਦੇ ਸੀ ਜਦ ਵੀ ਕਦੇ ਮਿਲੇ ਤਾਂ। ਬਿਲਕੁਲ, ਮੇਰੀ ਫਿਲਮ ਹਮੇਸ਼ਾ ਉਹ ਲਵਾ ਕੇ ਵੇਖਦੇ ਸੀ ਵੀ ਕਾਕੇ ਆਪਣੇ ਘਰ ਦੇ ਮੁੰਡੇ ਦੀ ਫਿਲਮ ਲਾਓ। ਕਈ ਉਹਨਾਂ ਦੀ ਸੇਵਾ 'ਚ ਜਿਹੜੇ ਮੁੰਡੇ ਰਹਿੰਦੇ ਸੀ ਉਹ ਮੈਨੂੰ ਦੱਸਦੇ ਰਹਿੰਦੇ ਸੀ ਕਿ ਬਾਦਲ ਸਾਹਿਬ ਨੇ ਖਾਸ ਤੌਰ 'ਤੇ ਤੁਹਾਡੀ ਫਿਲਮ ਵੇਖੀ, ਔਰ ਬੜੀ ਖੁਸ਼ੀ ਮਿਲਦੀ ਸੀ ਕਿ ਬਾਦਲ ਸਾਹਿਬ ਸਾਡੀਆਂ ਫਿਲਮਾਂ ਵੀ ਵੇਖਦੇ ਆ। ਔਰ ਜਦ ਕਦੇ ਮਿਲਦੇ ਤਾਂ ਕਿਉਂਕਿ ਉਹ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਸੀ ਉਸ ਤਰ੍ਹਾਂ ਦੀ ਹੀ ਗੱਲ ਕਰਦੇ ਸੀ, ਸਾਡੀ ਫਿਲਮ ਇੰਡਸਟਰੀ ਬਾਰੇ ਉਹ ਜਾਣਕਾਰੀ ਲੈਂਦੇ। ਕਈਆਂ ਨੂੰ ਉਹ ਪੁਰਾਣਾ ਦਾਰਾ ਜੀ ਵਰਗਿਆਂ ਨੂੰ ਮਿਲਦੇ ਵੀ ਰਹੇ ਸੀ ਅਤੇ ਉਹਨਾਂ ਬਾਰੇ ਪੁੱਛਦੇ, ਔਰ ਫਿਲਮ ਇੰਡਸਟਰੀ ਬਾਰੇ ਕਈ ਹੋਰ ਆਰਟਿਸਟਾਂ ਬਾਰੇ ਵੀ ਪੁੱਛਦੇ, ਬੜੇ ਖੁਸ਼ ਹੋ ਕੇ ਗੱਲਾਂ ਕਰਦੇ ਅਤੇ ਇਹ ਚੀਜ਼ਾਂ ਹਮੇਸ਼ਾ ਉਹ ਗੱਲ ਕਰਦੇ ਰਹਿੰਦੇ ਸੀ। ਨਹੀਂ ਅਸੀਂ ਤਾਂ ਮੇਰੇ ਖਿਆਲ ਦੇ ਵਿੱਚ ਨਹੀਂ, ਲੇਕਿਨ ਜਿਸ ਤਰ੍ਹਾਂ ਆਪਾਂ ਵੈਸੇ ਆਮ ਫਿਲਮਾਂ ਦੀਆਂ ਗੱਲਾਂ ਕਰਦੇ ਹਾਂ ਜਾਂ ਉਹ ਪੁੱਛਣਾ ਚਾਹੁੰਦੇ ਸੀ ਉਹ ਅਸੀਂ ਦੱਸਦੇ ਰਹਿੰਦੇ ਸੀ, ਲੇਕਿਨ ਉਹ ਇੰਨੀ ਆਪਣੇ ਤੋਂ ਵੱਡੀ ਜਗ੍ਹਾ 'ਤੇ ਸੀ, ਅਸੀਂ ਜ਼ਿਆਦਾ ਗੱਲ ਇੱਕ ਸ਼ਰਮ ਨਾਲ ਔਰ ਉਹਨਾਂ ਦੇ ਅਦਬ ਦਾ ਖਿਆਲ ਕਰਕੇ ਕਰਦੇ ਸੀ ਜਦ ਇਕੱਠੇ ਹੁੰਦੇ ਸੀ। ਮੇਰੇ ਘਰ ਵੀ ਕਈ ਦਫ਼ਾ ਉਹਨਾਂ ਦਾ ਆਉਣਾ ਹੋਇਆ ਜਦ ਉਹ CM ਸੀ, ਤਾਂ ਉਸ ਵੇਲੇ ਮੇਰੇ ਵੱਡੇ ਭਾਈ ਸਾਹਿਬ ਕਾਫ਼ੀ ਉਹਨਾਂ ਦੇ ਨਾਲ ਐਕਟਿਵ ਵੀ ਰਹੇ।